ਇਨਾ ਰੋਜ਼ੇਦਾਰਾਂ ਵਾਸਤੇ ਅੱਲਾ ਨੇ ਖਸੂਸੀ ਬਾਬ ਤਿਆਰ ਫਰਮਾਇਆ, ਉਹਦਾ ਨਾਮ ਬਾਬੁਰ ਰਿਆਨ ਨਾ। ਅੱਲਾਹੁ ਅਕਬਰ ਅੱਲਾ ਅੱਲਾ। ਨਮਾਜ਼ੀ ਬਾਬੁ ਸਲਾਤ ਅੰਦਰੋਂ ਦਾਖਲ ਹੋਏਗਾ, ਮੁਜਾਹਿਦ ਬਾਬੁਲ ਜਿਹਾਦ ਵਿੱਚੋਂ ਦਾਖਲ, ਐਵੇਂ ਸਦਕਾ ਕਰਨ ਵਾਲਾ ਬਾਬੁ ਸਦਕਾ ਦੇ ਵਿੱਚੋਂ ਦਾਖਲ ਹੋਏਗਾ ਨਾ। ਅੱਲਾ ਅੱਲਾ। ਹਜ਼ਰਤ ਅਬੂ ਬਕਰ ਸਿੱਦੀਕ ਅੱਲਾ ਦੇ ਨਬੀ ਦੇ ਕੋਲ ਬੈਠੇ ਹੋਏ, ਮੇਰੇ ਨਬੀ ਫਰਮਾਈ ਜਾ ਰਹੇ ਨੇ ਫੁਲਾਂ ਫੁਲਾਂ ਦਰਵਾਜ਼ੇ 'ਚ ਦਾਖਲ ਹੋਏਗਾ, ਫੁਲਾਂ ਫੁਲਾਂ ਦਰਵਾਜ਼ੇ 'ਚ ਦਾਖਲ ਹੋਏਗਾ, ਫੁਲਾਂ ਫੁਲਾਂ ਦਰਵਾਜ਼ੇ 'ਚ ਦਾਖਲ ਹੋਏਗਾ ਨਾ। ਹਜ਼ਰਤ ਅਬੂ ਬਕਰ ਸਿੱਦੀਕ ਰਜ਼ੀ ਅੱਲਾਹੁ ਤਾਲਾ ਅਰਜ਼ ਕਰਦੇ ਨੇ, ਯਾ ਰਸੂਲ ਅੱਲਾ, ਅੱਲਾ ਦੇ ਰਸੂਲ ਜੀ, ਕਿਆ ਕੋਈ ਐਸਾ ਬੰਦਾ ਵੀ ਹੋਏਗਾ ਜਿਹੜਾ ਹਰ ਦਰਵਾਜ਼ੇ 'ਚ ਦਾਖਲ ਹੋ ਸਕੇ? ਅੱਲਾ ਦੇ ਨਬੀ ਨੇ ਫਰਮਾਇਆ, ਨਾਮ ਨਾਮ ਹਾਂ ਵਾਰਜੂ ਅੰਤਕੂ ਨਾ ਮਿਲ ਹਮ। ਹਾਂ ਮੇਰੇ ਪਿਆਰੇ ਅਬੂ ਬਕਰ, ਤੇਰੀ ਜ਼ਾਤ ਤੇਰੇ ਵਾਸਤੇ ਜੰਨਤ ਦਾ ਹਰ ਬੂਆ ਗਵਾਦਾ ਮਾਰੇਗਾ। ਸਿੱਦੀਕ ਇੱਧਰ ਆਈਏ, ਇੱਧਰ ਸੇ ਦਾਖਲਾ ਫਰਮਾਈਏ। ਸਿੱਦੀਕ ਤੂੰ ਹੋਏਗਾ। ਅੱਲਾਹੁ ਅਕਬਰ ਅੱਲਾ ਅੱਲਾ ਅੱਲਾ। ਰੋਜ਼ਾ ਸਿਫਾਰਿਸ਼ ਕਰੇਗਾ ਨਾ। ਅੱਲਾ ਦੇ ਨਬੀ ਨੇ ਫਰਮਾਇਆ, ਅਸਿਆਮੁ ਵਲ ਕੁਰਾਨੁ, ਰੋਜ਼ਾ ਤੇ ਕੁਰਾਨ। ਉਹ ਹਾਫਿਜ਼ੋ 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 ਤੇ ਕਾਰੀਓ, ਅਸਿਆਮੁ ਵਲ ਕੁਰਾਨੁ ਯਸ਼ਫਾਨਿ ਲਿਲ ਅਬਦੀ ਯੌਮਲ ਕਿਆਮਾ। ਐਵੇਂ ਯਾਨੀ ਰੋਜ਼ਾ ਤੇ ਕੁਰਾਨ ਇਹ ਬੰਦੇ ਵਾਸਤੇ ਦੋਵੇਂ ਸਿਫਾਰਿਸ਼ ਕਰਨਗੇ ਨਾ। ਯਕੂਲ ਸਿਆਮ, ਰੱਬ ਦੇ ਦਰਬਾਰ ਅੰਦਰ ਰੋਜ਼ਾ ਆਖੇਗਾ ਨਾ, ਰੋਜ਼ਾ ਅਰਜ਼ਾ ਲਾਏਗਾ, ਆਈ ਰੱਬੀ ਮਨਅਤੁਹੁਲ ਆਈ ਰੱਬੀ ਮਨਅਤੁਹੁ ਤਾਮ ਵਸ਼ਹਵਾ। ਮੇਰੇ ਰੱਬ ਜੀ, ਇਹਨੇ ਮੈਨੂੰ ਰੱਖਿਆ ਮੇਰੀ ਵਜ੍ਹਾ ਕਰਕੇ, ਖਾਧਾ ਪੀਤਾ ਕੁਛ ਨਹੀਂ, ਆਪਣੀ ਸ਼ਹਵਤ ਨੂੰ ਦੂਰ ਰੱਖਿਆ। ਅੱਲਾ ਜੀ, ਅੱਲਾ ਸੁਣਿਆ ਨਾਲ ਆਖੇਗਾ, ਫਸ਼ਫਿਅਨੀ ਫੀ, ਅੱਲਾ ਮੇਰੀ ਸਿਫਾਰਿਸ਼ ਇਹਦੇ ਬਾਰੇ ਅੰਦਰ ਕਬੂਲ ਫਰਮਾ। ਇੱਕ ਮਸਲੇ ਦੀ ਬਾਤ ਸਮਝਣਾ, ਰੱਬ ਦੇ ਦਰਬਾਰ ਅੰਦਰ ਸਿਫਾਰਿਸ਼ ਉਹ ਕਰੇਗਾ ਜਿਹਨੂੰ ਅੱਲਾ ਇਜਾਜ਼ਤ ਫਰਮਾਣਗੇ, ਤੇ ਜਿਹਨੂੰ ਸ਼ਫਾਅਤ ਦੀ ਸਿਫਾਰਿਸ਼ ਦੀ ਇਜਾਜ਼ਤ ਮਿਲੇਗੀ ਉਹਦੀ ਸ਼ਫਾਅਤ ਨੂੰ ਕਬੂਲ ਵੀ ਕੀਤਾ ਜਾਏਗਾ। ਹਾਂ ਹਾਂ ਹਾਂ, ਐਵੇਂ ਹੀ ਕੁਰਾਨ ਬੋਲੇਗਾ ਨਾ, ਅੱਲਾ ਸੁਣਿਆ, ਅੱਲਾ ਜੀ ਮਨਅਤੁਹੁ ਬਿਲਲੈਲੀ, ਅੱਲਾ ਰਾਤ ਸਾਰੀ ਖਲੋਤਾ ਰਹਿ ਜਾਂਦਾ ਤਰਾਵੀਆਂ ਦੇ ਅੰਦਰ, ਅੱਲਾ ਕਿਆਮੁਲ ਲੈਲ ਦੇ ਅੰਦਰ ਖਲੋ ਖਲੋ ਕੇ ਦੇ ਪੇਰ ਸੁੱਜ ਜਾਂਦੇ, ਅੱਲਾ ਮੈਨੂੰ ਸੁਣਦਾ ਰਹਿੰਦਾ, ਮੈਨੂੰ ਸੁਣਦਿਆਂ ਸੁਣਦਿਆਂ ਪੂਰੀ ਰਾਤ ਗੁਜ਼ਾਰ ਛੱਡਦਾ, ਅੱਲਾ ਰਾਤ ਦਾ ਹਿੱਸਾ ਗੁਜ਼ਾਰ ਦਿੰਦਾ, ਮੈਨੂੰ ਬੜਾ ਸੁਣਦਾ ਸੀ, ਅੱਲਾ ਫਸ਼ਫਿਅਨੀ ਫੀ, ਅੱਲਾ ਮੇਰੀ ਸਿਫਾਰਿਸ਼ ਵੀ ਕਬੂਲ ਫਰਮਾ, ਇਹਦੀ ਸਿਫਾਰਿਸ਼ ਨੂੰ ਵੀ ਕਬੂਲ ਫਰਮਾ ਲਿਆ ਜਾਏਗਾ। ਰੋਜ਼ਾਦਾਰ ਜਦੋਂ ਸ਼ਾਮ ਦਾ ਵੇਲਾ ਹੁੰਦਾ ਗਏ ਨਾ, ਇਹਦੇ ਮੂੰਹ ਅੰਦਰੋਂ ਇੱਕ ਸਮੈਲ ਆਉਂਦੀ ਹੈ ਨਾ, ਬੁਸਾਂਦ ਆਉਂਦੀ ਹੈ। ਅੱਲਾ ਨੇ ਉਹਦਾ ਤਜ਼ਕਰਾ ਫਰਮਾਇਆ, ਬੁਖਾਰੀ ਔਰ ਮੁਸਲਿਮ ਦੇ ਅੰਦਰ ਰਿਵਾਇਤ ਮੌਜੂਦ ਹੈ ਨਾ। ਅੱਲਾ ਦੇ ਨਬੀ ਨੇ ਫਰਮਾਇਆ, ਵੱਲਜ਼ੀ ਨਫਸੁ ਵੱਲਜ਼ੀ ਨਫਸੁ ਮੁਹੰਮਦਿਮ ਬਿਯਦਿਹ, ਉਸ ਜ਼ਾਤ ਦੀ ਕਸਮ ਹੈ ਜਿਹਦੇ ਕਬਜ਼ਾ ਕੁਦਰਤ ਦੇ ਅੰਦਰ, ਮੈਂ ਮੁਹੰਮਦ ਦੀ ਜਾਨ ਹੈ। ਮੇਰੇ ਨਬੀ ਨੇ ਕਸਮ ਖਾ ਕਰਕੇ ਫਰਮਾਇਆ, ਲਖਲੂਫੁ ਫਮਿਸਾਇਮਿ ਅਤਯਬੁ ਇੰਦਲਾਹੀ ਮਿਨ ਰੀਹਿਲ ਮਿਸਕ। ਇਹ ਉਸ ਵਕਤ ਜਿਹੜੇ ਰੋਜ਼ੇਦਾਰ ਦੇ ਮੂੰਹ ਦੇ ਵਿੱਚੋਂ ਜਿਹੜੀ ਬੁਸਾਂਦ ਆਉਂਦੀ ਹੈ ਨਾ, ਅਤੇ ਕਈ ਲੋਕ ਇੱਥੋਂ ਮਸਵਾਕ ਕਰਨਾ ਹੀ ਛੱਡ ਦਿੰਦੇ ਨੇ। ਇੱਕ ਮੈਂ ਹਜ਼ਰਤ ਸਾਹਿਬ ਨੂੰ ਟੀ ਵੀ 'ਤੇ ਸੁਣ ਰਿਹਾ, ਮਿਸਵਾਕ ਨਾ ਕੀ ਜਾਏ, ਉਹ ਖੁਸ਼ਬੂ ਰੱਬ ਕੋ ਬਹੁਤ ਪਸੰਦ ਹੋਤੀ ਹੈ। ਉਹ ਭਾਈ ਕਿੱਥੇ ਆਇਆ, ਕਲਮਾ ਅੱਲਾ ਅਤੇ ਅੱਲਾ ਦੇ ਰਸੂਲ ਦਾ ਪੜਿਆ, ਅਤੇ ਗੱਲਾਂ ਕੋਲੋਂ ਕਿਉਂ ਬਣਾਉਂਦਾ, ਦੀਨ ਨੂੰ ਕੋਲੋਂ ਕਿਉਂ ਖਰਾਬ ਕੀਤਾ ਜਾਂਦਾ? ਮਿਸਵਾਕ ਕਰਨੀ ਹੈ, ਮਿਸਵਾਕ ਕਰਨੀ ਹੈ, ਬਸ ਇਤਨਾ ਫਰਮਾਇਆ ਕਿ ਗਲੇ ਦੇ ਅੰਦਰ ਨਹੀਂ ਕਰਨੀ, ਅੱਗੇ ਤੱਕ ਨਹੀਂ ਮਿਸਵਾਕ ਮਾਰਨੀ, ਦੰਦਾਂ ਦੰਦਾਂ 'ਤੇ ਕਰਨੀ ਮਿਸਵਾਕ, ਮਿਸਵਾਕ ਕਰੋ। ਉਸ ਵਕਤ ਜਿਹੜੇ ਉਹਦੇ ਮੂੰਹ ਦੀ ਉਹ ਜਿਹੜੀ ਮੇਦੇ ਦੀ ਇੱਕ ਬੁਸਾਂਦ ਬਣਦੀ ਹੈ ਨਾ, ਬੰਦਿਆ ਤੈਨੂੰ ਇੱਕ ਦੂਜੇ ਦੀ ਚੰਗੀ ਨਹੀਂ ਲੱਗਦੀ, ਅੱਲਾ ਫਰਮਾਉਂਦੇ ਨੇ ਮੈਨੂੰ ਮਿਸਕ ਨਾਲੋਂ ਚੰਗੀ ਲੱਗਦੀ ਹੈ।